ਸਮਾਂ ਆ ਗਿਆ ਸਾਹਿਬ, ਪਗੜੀ ਸੰਭਾਲਣ ਦਾ ਸਮਾਂ ਆ ਗਿਆ, ਆਪਾਂ ਨੂੰ ਸਾਂਭਣੀ ਪਊਗੀ ਸਾਹਿਬ, ਕਿਉਂਕਿ ਇਹਨਾਂ ਲੋਕਾਂ ਤੋਂ ਆਸ ਖਤਮ ਹੋ ਗਈ, ਕੋਈ ਆਸ ਨਹੀਂ ਇਹਨਾਂ ਤੋਂ। ਇਹ ਦੇਸ਼ ਸੰਭਾਲਣ ਦੀ ਗੱਲ ਕਰੀ ਜਾਂਦੇ, ਪੰਜਾਬ ਸੰਭਾਲਣ ਦੀ ਗੱਲ ਕਰੀ ਜਾਂਦੇ ਆ, 7 MP ਨਹੀਂ ਸੰਭਾਲੇ ਗਏ ਇਹਨਾਂ ਤੋਂ, ਰਾਜ ਸਭਾ ਦੇ MP ਚੁਣ ਕੇ ਭੇਜੇ ਹੈ, ਇੱਕ ਨਹੀਂ ਆਇਆ ਉੱਥੇ, ਇੱਕ ਨਹੀਂ ਆਇਆ ਉੱਥੇ, ਪਾਠਕ ਸਾਹਿਬ ਤੁਰੇ ਫਿਰਦੇ ਹੈ, ਬਾਕੀ ਕਿੱਥੇ ਹੈ? ਉਹ ਤਾਂ ਇਹਨਾਂ ਦੇ ਆਪ ਦੇ ਹੈ, ਉਹਨਾਂ ਨੇ 6 ਦੇ 6 MP ਇੱਕ 6 ਵੀ ਕਾਹਦੇ ਹੈ ਸਾਹਿਬ, ਇੱਕ ਤਾਂ ਟਾਪ ਹੀ ਲਾ ਗਏ। ਰਾਘਵ ਚੱਡਾ ਜੀ ਜਿਹੜੇ ਮੇਨ ਸੀਗੇ, ਜਿਹੜੇ ਸਰਕਾਰ ਚਲਾ ਰਹੇ ਸੀ, ਉਹ ਤਾਂ ਇੱਥੋਂ ਪੰਜਾਬ 'ਚੋਂ ਨਜ਼ਾਰਦ ਹੋ ਗਏ। ਪੱਟੀ ਸਾਹਿਬ ਆ ਕੋਈ ਛੋਟੀ ਗੱਲ ਨਹੀਂ, ਉਹ ਵਰਚੁਅਲ ਚੀਫ ਮਿਨਿਸਟਰ ਸੀਗੇ ਪੰਜਾਬ ਦੇ, ਅਤੇ ਅੱਜ ਜਦੋਂ ਭੀੜ ਪਈ ਹੈ ਪੰਜਾਬ 'ਤੇ, ਅਤੇ ਸ਼੍ਰੀਮਾਨ ਜੀ ਜਾ ਕੇ ਲੰਡਨ ਬੈਠੇ ਹੈ, ਇਹ ਜਿਹੜੇ ਬਾਕੀ MP ਸਾਹਿਬਾਨ ਇੱਥੇ ਨਹੀਂ ਆਏ, ਮੈਂ ਸਮਝਦਾ ਉਹਨਾਂ ਨੇ ਇਹਦੇ 'ਤੇ ਮੋਹਰ ਲਾ ਤੀ ਵੀ ਆਹ ਜਿਹੜੇ ਕੇਜਰੀਵਾਲ ਸਾਹਿਬ ਹੈ ਵਾਕਈ ਦਾਰੂ ਵਾਲੇ ਮਸਲੇ ਦੇ ਅੰਦਰ ਲਿਪਤ ਹੈ, ਅਤੇ ਅਸੀਂ ਇਸ ਕੰਮ ਦੇ ਨਾਲ ਇਹਨਾਂ ਦੇ ਨਾਲ ਨਹੀਂ ਖੜਦੇ। ਆਹ ਆਪਣੇ ਆਪ 'ਚ ਇੱਕ ਸਬੂਤ ਹੈ, ਚਾਹੇ ਅੱਜ ਸੰਜੇ ਸਿੰਘ ਜੀ ਆ ਗਏ, ਚਾਹੇ ਪਾਠਕ ਜੀ ਆ ਗਏ, ਪਰ ਪੰਜਾਬ ਦੇ ਲੋਕ ਪੁੱਛਦੇ ਆ ਭਗਵੰਤ ਮਾਨ ਜੀ ਤੁਹਾਡੇ ਵਾਲੇ MP ਕਿੱਥੇ ਹੈ, ਕਰੋਗੇ ਕੀ 13 ਲੈ ਕੇ? ਤੁਹਾਡੇ ਤੋਂ ਤਾਂ 5 ਨਹੀਂ ਸਾਂਭੇਗੇ, ਮੰਗਦੇ ਹੋ 13। ਇਸ ਕਰਕੇ ਸਾਥੀਓ, ਇਹਨਾਂ ਤੋਂ ਤਾਂ MP ਨਾ ਸਾਂਭਣੇ, ਨਾ ਪੰਜਾਬ ਸੰਭਾਲਣ ਦੀ ਕਸ਼ਮਤਾ ਇਹਨਾਂ 'ਚ, ਨਾ ਇਹਨਾਂ ਦੀ ਨੀਅਤ। ਇਹਨਾਂ ਦੀ ਨੀਅਤ 'ਤੇ ਨਾ ਛੱਡ ਕੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਦੇ ਆਪਣੀ ਇੱਜ਼ਤ, ਆਪਣਾ ਪੰਜਾਬ, ਆਪਣਾ ਭਵਿੱਖ, ਆਪਣੀ ਜਵਾਨੀ, ਆਪਣੀ ਕਿਸਾਨੀ ਅਤੇ ਭਵਿੱਖ ਦੇ ਉੱਤੇ ਪਹਿਰਾ ਆਪਾਂ ਨੂੰ ਦੇਣਾ ਪਊਗਾ। ਇਹਦੇ ਵਿੱਚ ਤੁਸੀਂ ਸ਼ਾਮਿਲ ਹੋਏ ਹੋ, ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਇੱਕ ਵਾਰ ਫਿਰ ਤੋਂ ਜੀ ਆਇਆ ਆਖਦਾ, ਵਧਾਈ ਦੇਣਾ। ਆਓ ਰਲ ਮਿਲ ਕੇ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਹੱਕਾਂ ਦੇ ਉੱਤੇ ਪਹਿਰਾ ਦੇਈਏ, ਪੰਜਾਬ ਦੇ ਉਜਵਲ ਭਵਿੱਖ ਵਾਸਤੇ ਕੰਮ ਕਰੀਏ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।